ਵਿਧਾਨਸਭਾ ਚੋਣਾਂ ਨੂੰ ਲੈ ਕੇ ਸਿਆਸਤਦਾਨਾਂ ਦੇ ਆਪੋ ਆਪਣੇ ਦਾਅਵੇ ਅਤੇ ਵਾਅਦੇ ਨੇ ਪਰ ਪੰਜਾਬ ਦੀ ਜਨਤਾ ਇਹਨਾਂ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਵਿਚਾਰ ਰੱਖਦੀ ਹੈ ਕੀ ਉਹਨਾਂ ਦੇ ਮੁੱਦੇ ਨੇ ਇਹ ਜਾਣਨ ਦੇ ਲਈ ਅਸੀਂ ਤੁਹਾਡੇ ਕੋਲ ਵੀ ਆ ਰਹੇ ਹਾਂ ਇਸੇ ਤਹਿਤ ਸਾਡੇ ਪੱਤਰਕਾਰ ਕੁਲਵੀਰ ਦੀਵਾਨ ਨੇ ਅਬੋਹਰ ਦੇ ਪਿੰਡ ਬੁਰਜ ਮੁਹਾਰ ਦੇ ਵਿੱਚ ਸਥਾਨਕ ਲੋਕਾਂ ਦੇ ਨਾਲ ਗੱਲਬਾਤ ਕੀਤੀ ਪੰਜਾਬ ਕੀ ਬਾਤ ਕਰਾਂਗੇ ਹਮ ਅਬੋਹਰ ਕੇ ਗਾਂਵ ਬੁਰਜ ਮੁਹਾਰ ਮੇ ਬਹੁਤ ਸਾਰੇ ਲੋਕ ਹਮਾਰੇ ਸਾਥ ਹੈ ਸਿੰਘ ਸਾਹਿਬ ਹਮ ਆਪਸੇ ਸ਼ੁਰੂ ਕਰਨਾ ਚਾਹੇਂਗੇ ਪੰਜਾਬ ਮੇ ਮੁੱਦੇ ਕਿਆ ਹੈ ਪੰਜਾਬ ਮੈਂ ਸਭ ਤੋਂ ਵੱਡਾ ਮੁੱਦਾ ਤਾਂ ਜੀ ਨਸ਼ੇ ਦਾ ਜੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਨੇ ਬਰਬਾਦ ਕੀਤਾ ਹੋਇਆ ਹੈ ਬਾਕੀ ਕਿਸਾਨੀ ਆ ਜਿਹੜੀ ਕਿਸਾਨੀ ਇੱਥੇ ਜਿਹੜੀ ਘਾਟੇ ਦਾ ਸੌਦਾ ਹੈਗਾ ਸਿੰਘ ਸਾਹਿਬ ਕਿਸਾਨੋਂ ਕੀ ਆਪ ਬਾਤ ਕਰ ਰਹੇ ਥੇ ਕਿਸਾਨੋਂ ਕੀ ਕਿਆ ਕਿਆ ਕਿਸਾਨੋਂ ਕੀ ਕਿਆ ਮੁੱਦੇ ਹੈ ਕਿਸਾਨੋਂ ਦਾ ਮੁੱਦਾ ਹੈ ਜਦੋਂ ਜਿਹੜੀ ਫਸਲ ਜਦੋਂ ਆਉਂਦੀ ਹੈ ਜਾਂ ਝੋਨਾ ਆਉਂਦਾ ਕਣਕ ਆਉਂਦਾ ਉਦੋਂ ਇੱਥੇ ਮਿਲੀ ਭੁਗਤ ਹੋ ਜਾਂਦੀ ਹੈ ਵੀ ਇੱਥੇ ਸਰਕਾਰ ਨੇ ਤਾਂ 1510 ਰੁਪਈਏ ਜਿਹੜਾ ਰੇਟ ਸੀਗਾ ਝੋਨੇ ਦਾ ਅਤੇ 1200 ਵੀ ਝੋਨਾ ਖਰੀਦਿਆ 1300 ਵੀ ਖਰੀਦਿਆ 1400 ਵੀ ਖਰੀਦਿਆ ਜਿਹੜੇ ਉਹ ਦਿੱਤੇ ਆਪਣੇ ਬਾਕੀ ਰਲ ਜਾਂਦੇ ਆ ਵਿੱਚ ਦੀ ਵਪਾਰੀ ਸੇਲਰਾਂ ਵਾਲੇ ਆਪਸੇ ਮੈਂ ਜਾਣਨਾ ਚਾਹੂੰਗਾ ਕਿ ਇਸਕੇ ਇਲਾਵਾ ਕਿਸਾਨੋਂ ਕੇ ਇਲਾਵਾ ਨਸ਼ੇ ਕੇ ਇਲਾਵਾ ਔਰ ਕਿਆ ਮੁੱਦੇ ਹੋ ਸਕਦੇ ਹੈ ਪੰਜਾਬ ਮੇਂ ਰੋਜ਼ਗਾਰੀ ਕਾ ਮੁੱਦਾ ਹੈ ਕਿਆ ਰੋਜ਼ਗਾਰੀ ਅੱਗੇ ਨਾ ਵਧੀ ਹੈ ਜੀ ਠੀਕ ਹੈ ਅੱਗੇ ਨੂੰ ਪਾਣੀ ਦੀ ਨਿਕਾਸੀ ਦੀ ਸਮੱਸਿਆ ਸੀ ਉਹ ਵੀ ਅੱਗੇ ਨਾ ਮਤਲਬ ਪਿੰਡਾਂ 'ਚ ਸੁਧਾਰ ਹੋਇਆ ਛੱਪੜਾਂ ਦੇ ਬੇਰੋਜ਼ਗਾਰੀ ਇੱਕ ਬੜਾ ਮੁੱਦਾ ਹੈ ਪੰਜਾਬ ਮੇਂ ਬੜਾ ਮੁੱਦਾ ਹੈ ਉਹ ਗੌਰਮੈਂਟ ਲਾਉਂਦੀ ਨਹੀਂ ਕੋਈ ਨਾ ਕਿਸੇ ਨੂੰ ਨੌਕਰੀ ਲੋਕ ਪੜ੍ਹੇ ਲਿਖੇ ਲੋਕ ਬਹੁਤ ਫਿਰਦੇ ਨੌਕਰੀ ਮਿਲਦੀ ਨਹੀਂ ਪੈਸੇ ਕੋਈ ਕਿਸੇ ਕੋਲ ਨਹੀਂ ਜੇ ਹੈਗੇ ਤਾਂ ਉਹ ਕੋਈ ਲਾਉਂਦਾ ਨਹੀਂ ਕਿਸੇ ਨੂੰ ਪੜ੍ਹੇ ਲਿਖੇ ਬਹੁਤ ਫਿਰ ਹੈਗੇ ਤਾਂ ਫਿਲਹਾਲ ਇਹ ਗਾਂਵ ਕੇ ਲੋਕ ਹੈ ਜੋ ਬਤਾ ਰਹੇ ਹੈ ਕਾਨੂੰਨ ਵਿਵਸਥਾ ਜਾਂ ਫਿਰ ਆਵਾਰਾ ਪਸ਼ੂਓਂ ਕੀ ਬਾਤ ਕਰੇ ਜਾਂ ਫਿਰ ਸਾਫ਼ ਸਫਾਈ ਕੀ ਇਹ ਤਮਾਮ ਮੁੱਦੇ ਹੈ ਜਿਨਕਾ ਲੋਕ ਹੱਲ ਚਾਹਤੇ ਹੈ ਕੈਮਰਾਮੈਨ ਆਕਾਸ਼ ਕੇ ਸਾਥ ਕੁਲਵੀਰ ਦੀਵਾਨ ਜ਼ੀ ਮੀਡੀਆ ਅਬੋਹਰ